ਨਹੀਂ ਪਛਾਣਿਆ। ਮੂੰਹ ਮੋੜ ਜਿੰਨਾ ਸਿੱਖੀ ਤੋਂ ਉਹ ਮੁੜ ਕੇ ਸਿੱਖ ਸਜਾਉਣੇ ਨੇ। ਮੈਂ ਆਪਣਾ ਨੈਟਵਰਕ ਇੰਨਾ ਫੈਲਾ ਲਿਆ ਕਿ ਤੁਹਾਡੇ ਕੋਲੋਂ ਮਾਲ ਹੀ ਨਹੀਂ ਭੁਗਤਣਾ। ਇਹ ਬੇਰੁਜ਼ਗਾਰੀ ਤੇ ਫਰਸਟ੍ਰੇਸ਼ਨ ਦੇ ਮਾਰੇ ਮੁੰਡੇ ਧੜਾ ਧੜ ਸਾਡੇ ਨਾਲ ਜੁੜੀ ਜਾ ਰਹੇ ਹੈ। ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਰਾਣਾ, ਗੱਜਣ ਨੂੰ ਬੁਲਾ। ਮੈਂ ਇਸ ਵਿਜੇ ਦੇ ਬੱਚੇ ਦੀ ਸਵਾਰੀ ਦੇਖ ਕੇ ਇਹ ਟੰਟਾ ਹੀ ਖਤਮ ਕਰਾਂ। ਸਾਜਿਸ਼ ਨੇ ਬਲਕਾਰ ਸਿਆ ਸਿੱਖ ਕੌਮ ਦੇ ਦੁਖੀਆਂ ਦੀ। ਇਹ ਫਿਲਮਾਂ, ਇਹ ਟੀਵੀ, ਇਹ ਨਸ਼ੇ ਇੱਕ ਵੱਡੀ ਸਾਜਿਸ਼ ਨਹੀਂ। ਲਾਲੀ ਲਹੂ ਚੋਂ ਮੁੱਕ ਗਈ, ਰੰਗ ਹੋ ਗਿਆ ਚਿੱਟਾ, ਰੰਗ ਹੋ ਗਿਆ ਚਿੱਟਾ। ਰਿਸ਼ਤੇ ਖੱਟੇ ਪੈ ਗਏ, ਬਸ ਪੈਸਾ ਹੀ ਮਿੱਠਾ। ਇਹ ਅਧਿਕਾਰ ਮੇਰੇ ਕੋਲ ਨਹੀਂ ਹੈ, ਇਹ ਅਧਿਕਾਰ ਮੇਰੇ ਬਾਪੂ ਜੀ ਕੋਲ ਹੈ। ਅਗਰ ਉਹ ਯੈਸ ਕਰ ਦਿੰਦੇ ਨੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਇਤਰਾਜ਼ ਹੈ? ਇਹ ਵਖਰੇਵੀਂ, ਇਹ ਧਰਮ, ਇਹ ਜ਼ਾਤ ਪਾਤ ਇਨਸਾਨ ਦੇ ਆਪਣੇ ਬਣਾਏ ਹੋਏ ਨੇ। ਸਾਰੇ ਧਰਮ ਇਨਸਾਨੀਅਤ ਦਾ ਸੰਦੇਸ਼ ਦਿੰਦੇ ਨੇ। ਬਸ ਅੱਗੇ ਬਕਵਾਸ ਕੀਤੀ ਨਾ ਤੇ ਗੋਲੀ ਮੂੰਹ ਚੋਂ ਕੱਢ ਦਿਆਂਗਾ। ਹਾਂ ਗਿਆ ਸੀ, ਕੀ ਸੋਚ ਕੇ ਗਿਆ ਸੀ? ਤੁਹਾਡੇ ਸਾਮਰਾਜ ਨੂੰ ਖਤਮ ਕਰਨ ਲਈ। ਸਾਡਾ ਘਰੇਲੂ ਮਾਮਲਾ ਹੈ, ਇਸ ਵਿੱਚ ਤੁਹਾਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ। ਜਵਾਨੀ ਦੇ ਦੁਸ਼ਮਣ ਜੋ ਜੜ ਤੋਂ ਨਸ਼ੇ ਮਕਾਉਣੇ ਨੇ, ਮੂੰਹ ਮੋੜੇ ਜਿੰਨਾ ਸਿੱਖੀ ਤੋਂ ਉਹ ਮੁੜ ਕੇ ਸਿੱਖ ਸਜਾਉਣੇ ਨੇ।